बाकी जिम्मे मैनू कहते भी 10,000 भी तू नकद दे दे ते तेरी पॉलिसी हो जाएगी। मैं 10,000 रुपये मेरे घरों लैके आए ने 10,000 रुपया। मैं इन्होंने 3 महीने बाद पूछा, मैं सर मेरी पॉलिसी नहीं आई। तो कहता कोई नहीं तेरी पॉलिसी हो गई है, तो ही भेज देने व्हाट्सएप राही। एवन पंजाबी निडर निरपक्ष नवी सोच मैं थोड़ा दो सोम सहोता तो लैके हाज़र है। करंट इशू चलते हैं फाज़िलका। दोस्तों जरूरत होंगी आप किसी ना किसी तरह अपनी जरूरत नू पूरा करने वास्ते किसी फाइनेंस कंपनियां दा सहारा लेंदे हाँ। असल में बहुत सारिया फाइनेंस कंपनियां एहो जिहियां ने जो लोगों के नाल किते ना किते धोखा करते हैं, उन्होंने उपर धोखा लाउण दे करन दे इल्ज़ाम भी लगते हैं। अजिहा एक मामला फाज़िलका तो आया जिथे कि HDB फाइनेंस कंपनी है और उस कंपनी के मैनेजर ने 10,000 का बीमा तो कर लिया पर उसका 10,000 रुपया लैण तो बाद बीमा नहीं किया। मतलब 3 लाख के लोन के 10 लाख का बीमा कह के पैसे तो लै लए पर बीमा नहीं होया। हुण उस तो बाद मैनेजर कित्थे आ, की हाल है उसका, पूरी जानकारी देने वास्ते मेरे नाल फाज़िलका तो कृष्ण सिंह जी जुड़ चुके हैं, उन्हां तो अपडेट लेने। कृष्ण जी की अपडेट है इस खबर नूं लैके? ਤਾਂ ਸਾਹਿਬ ਇਹ ਮਾਮਲਾ ਜਲਾਲਾਬਾਦ ਦਾ ਹੈਗਾ। ਸੁਖਵਿੰਦਰ ਸਿੰਘ ਉੱਥੋਂ ਦੇ ਰਹਿਣ ਵਾਲੇ ਸੀ। ਉਹਨਾਂ ਦਾ ਕਹਿਣਾ ਵੀ ਕੁਝ ਸਮੇਂ ਪਹਿਲੇ ਉਹਨਾਂ ਲੋਨ ਅਪਲਾਈ ਕੀਤਾ ਸੀ ਜਿਹੜੀ HDB ਫਾਈਨਾਂਸ ਕੰਪਨੀ ਜਿਹੜੀ ਬ੍ਰਾਂਚ ਦੀ ਫਾਜ਼ਿਲਕਾ ਚ ਹੈ ਜੀ। ਉਹਨਾਂ ਲੋਨ ਤਾਂ ਦੇ ਤਾ, ਲੋਨ ਦੇਣ ਦੇ ਬਦਲੇ ਉਹਨਾਂ 10,000 ਰੁਪਈਏ ਲੈ ਵੀ ਕਹਿੰਦੇ ਤੁਹਾਡਾ ਬੀਮਾ ਕਰਨਾ ਜੀ। ਬੀਮਾ ਕਰਨ ਦੇ ਪੈਸੇ ਤਾਂ ਲੈ ਲਏ ਪਰ ਬੀਮਾ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਉਹ ਕਈ ਵਾਰ ਬ੍ਰਾਂਚ ਮੈਨੇਜਰ ਸਮੇਤ ਕਈ ਅਧਿਕਾਰੀਆਂ ਨੂੰ ਮਿਲਿਆ, ਕਰਮਚਾਰੀ ਨੂੰ ਮਿਲਿਆ, ਪਰ ਉਹਦੇ ਕੋਈ ਜਵਾਬ ਨੀ ਦਿੱਤਾ ਗਿਆ। ਸੰਤੋਸ਼ ਜਵਾਬ ਨੀ ਮਿਲਿਆ ਉਹਨੂੰ ਤੇ ਉਹਨਾਂ ਬਾਅਦ ਚ ਕਹਿਤਾ ਵੀ ਚਲੋ ਛੱਡੋ ਜੀ ਕੋਈ ਨੀ ਕਰ ਲੈਣੇ ਆ। ਉਹਨੂੰ ਪਤਾ ਲੱਗ ਗਿਆ ਵੀ ਇਹਨਾਂ ਪੈਸਾ ਖਾ ਲਿਆ ਜੀ, ਹਜ਼ਮ ਕਰ ਲੈਣਾ, ਬੀਮਾ ਨੀ ਕਰਨਾ ਜੀ। ਜਿਸ ਬਾਰੇ ਉਹਦਾ ਕਹਿਣਾ ਵੀ ਉਹਨਾਂ ਪੁਲਿਸ ਵਾਲੇ ਨੂੰ ਵੀ ਕਈ ਵਾਰ ਲਿਖਤੀ ਦਰਖਾਸਤ ਵੀ ਦਿੱਤੀ ਹੈ ਜੀ, ਮਿਲ ਕੇ ਵੀ ਗੱਲਬਾਤ ਕੀਤੀ ਪਰ ਉਹਨਾਂ ਦੀ ਕੋਈ ਸੁਣਵਾਈ ਨੀ ਹੋਈ। ਜਿਸ ਤੋਂ ਬਾਅਦ ਉਹਨਾਂ ਹੱਕ ਹਾਰ ਕੇ ਕੱਲ ਧਰਨਾ ਪ੍ਰਦਰਸ਼ਨ ਕੀਤਾ ਜੀ। ਉਸ ਮੈਨੇਜਰ ਦਾ ਕੋਈ ਪੱਖ ਲਿਆ ਤੁਸੀਂ ਵੀ, ਤੁਹਾਡੇ ਉੱਪਰ ਇਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਲੱਗ ਰਹੇ ਆ? ਹਾਂਜੀ ਸਰ, ਮੈਨੇਜਰ ਸਾਹਿਬ ਉੱਥੇ ਆਫਿਸ ਤੋਂ ਉਹਨਾਂ ਬੰਦ ਕਰ ਲਏ ਸੀ ਅੰਦਰੋਂ ਹੀ ਕਰਮਚਾਰੀਆਂ ਨੇ, ਅੰਦਰ ਮੈਨੇਜਰ ਸਾਹਿਬ ਨਹੀਂ ਮਿਲੇ। ਬਾਅਦ 'ਚ ਉਹਨਾਂ ਨੂੰ ਫੋਨ ਨੰਬਰ ਲੈ ਕੇ ਉਹਨਾਂ ਦਾ ਕੰਟੈਕਟ ਕੀਤਾ ਗਿਆ। ਫੋਨ 'ਤੇ ਉਹਨਾਂ ਦੱਸਿਆ ਵੀ ਮੈਨੂੰ ਪਤਾ ਨਹੀਂ ਹੈਗਾ, ਨਾਲ ਉਹ ਕਹਿੰਦੇ ਮੈਂ ਫਿਰੋਜ਼ਪੁਰ ਰਹਿੰਦਾ, ਬਿਮਾਰ ਚੱਲ ਰਿਹਾ ਅਤੇ ਮੈਂ ਆਫਿਸ ਨਹੀਂ ਆ ਰਿਹਾ। ਅਤੇ ਉਹਨਾਂ ਵੀ ਜਦੋਂ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਤਾਂ ਉਹਨਾਂ ਫੋਨ ਹੀ ਕੱਟਤਾ ਜੀ। ਜੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਪੈਸੇ ਲਏ ਨੇ ਜਾਂ ਤੁਸੀਂ ਲੋਨ ਕਿਸ ਤਰ੍ਹਾਂ ਦਿੰਦੇ ਹੋ, ਤਾਂ ਉਹਨਾਂ ਬਸ ਜਵਾਬ ਸੰਤੋਸ਼ਜਨਕ ਜਵਾਬ ਦੇਣ ਦੀ ਬਜਾਏ ਉਹਨਾਂ ਆਪਣਾ ਫੋਨ ਹੀ ਕੱਟਤਾ ਜੀ। ਇਸ ਸੰਬੰਧ ਵਿੱਚ ਕਿਸੇ ਪੁਲਿਸ ਅਧਿਕਾਰੀ ਨਾਲ ਸੰਪਰਕ ਹੋਇਆ ਕ੍ਰਿਸ਼ਨ ਜੀ? ਹਾਂਜੀ, ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਸੀ, ਭਗਵਾਨ ਚੰਦ ਜੀ, ਉਹਨਾਂ ਨਾਲ ਗੱਲਬਾਤ ਹੋਈ ਹੈ। ਉਹਨਾਂ ਦਾ ਕਹਿਣਾ ਤਾਂ ਸਾਡੇ ਕੋਲ ਤਾਂ ਕੋਈ ਸ਼ਿਕਾਇਤ ਨਹੀਂ ਆਈ ਜੀ, ਵੀ ਉਹਨਾਂ ਦੀ ਡਿਊਟੀ ਲੱਗੀ ਸੀ ਧਰਨਾ ਪ੍ਰਦਰਸ਼ਨ ਦੇ ਉੱਪਰ ਜੋ ਵੀ ਕਰ ਰਹੇ ਆ, ਤੇ ਉਸ ਕਰਕੇ ਉਹ ਕਹਿੰਦੇ ਸਾਡੇ ਕੋਲ ਜੇ ਲਿਖਤੀ ਸ਼ਿਕਾਇਤ ਆਏਗੀ ਤਾਂ ਅਸੀਂ ਬਣਦੀ ਕਾਰਵਾਈ ਕਰਾਂਗੇ। ਪਰ ਕੰਪਲੇਂਟ ਕਰਤਾ, ਸ਼ਿਕਾਇਤ ਕਰਤਾ ਦਾ ਤਾਂ ਕਹਿਣਾ ਵੀ ਅਸੀਂ ਪਹਿਲੇ ਕਈ ਵਾਰ ਅਫਸਰਾਂ ਨੂੰ, ਪੁਲਿਸ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ, ਪਰ ਕੋਈ ਸੁਣਾਈ ਨਹੀਂ ਹੋਈ। ਬਹੁਤ ਬਹੁਤ ਮਿਹਰਬਾਨੀ ਕ੍ਰਿਸ਼ਨ ਜੀ, ਤੁਸੀਂ ਜਾਣਕਾਰੀ ਦਿੱਤੀ। ਦੋਸਤੋ ਇੱਕ ਵਾਰ ਫਿਰ ਦੱਸ ਦਿਆਂ ਕਿ ਫਾਈਨਾਂਸ ਕੰਪਨੀ ਵਾਲਿਆਂ ਨੇ ਕਿਸ ਤਰ੍ਹਾਂ ਇੱਕ ਬੰਦੇ ਦੇ ਨਾਲ ਠੱਗੀ ਮਾਰੀ ਹੈ। ਉਹ ਮਤਲਬ ਬੀਮੇ ਦੇ ਨਾਮ 'ਤੇ 10,000 ਰੁਪਈਆ ਤਾਂ ਲੈ ਲਿਆ ਪਰ ਉਸਦਾ ਬੀਮਾ ਨਹੀਂ ਹੋਇਆ। ਸਰ ਮੈਂ 3 ਲੱਖ ਰੁਪਏ ਦਾ ਲੋਨ ਲਿਆ ਸੀ, ਜਿਹਦੇ 'ਚ ਮੈਨੂੰ ਇਹਨਾਂ ਨੇ 2 ਸ਼ਰਤਾਂ ਰੱਖੀਆਂ, ਇੱਕ 2200 ਰੁਪਏ ਦੀ ਪੋਲਸੀ, ਇੱਕ 10,000 ਦੀ ਪੋਲਸੀ। ਜਿਹਦੇ 'ਚ 2200 ਰੁਪਏ ਦੀ ਪੋਲਸੀ ਇਹਨਾਂ ਨੇ ਮੈਨੂੰ ਬੈਂਕ 'ਚ ਕੱਟ ਕੇ ਇਹਨਾਂ ਨੇ ਵੀ ਦਿੱਤੇ ਨੇ ਪੈਸੇ, ਬਾਕੀ ਜਿਵੇਂ ਮੈਨੂੰ ਕਹਿੰਦੇ ਵੀ 10,000 ਵੀ ਤੂੰ ਨਕਦ ਦੇ ਦੇ ਅਤੇ ਤੇਰੀ ਪੋਲਸੀ ਹੋ ਜਾਏਗੀ। ਮੈਂ 10,000 ਰੁਪਏ ਮੇਰੇ ਘਰੋਂ ਇਹ ਲੈ ਕੇ ਆਏ ਨੇ 10,000 ਰੁਪਇਆ। ਮੈਂ ਇਹਨਾਂ ਨੂੰ 3 ਮਹੀਨੇ ਬਾਅਦ ਪੁੱਛਿਆ, ਮੈਂ ਕਿਹਾ ਸਰ ਮੇਰੀ ਪੋਲਸੀ ਨਹੀਂ ਆਈ। ਇਹ ਕਹਿੰਦਾ ਕੋਈ ਨਹੀਂ ਤੇਰੀ ਪੋਲਸੀ ਹੋ ਗਈ ਹੈ, ਅਤੇ ਹੀ ਭੇਜ ਦੇਣੇ ਆ ਵਟਸਐਪ ਰਾਹੀਂ। ਇਹਨਾਂ ਨੇ ਵਟਸਐਪ ਰਾਹੀਂ ਭੇਜਿਆ ਮੈਨੂੰ ਪੋਲਸੀ, ਰਸੀਦ ਭੇਜ ਤੀ। ਸੁਖਵਿੰਦਰ ਨਾਮ ਕੋਈ ਹੋਰ ਹੈਗਾ, ਸੁਖਵਿੰਦਰ ਪਤਾ ਨਹੀਂ ਕਿੱਥੋਂ ਦਾ, ਉੱਪਰੋਂ ਸਾਈਨ ਹੋਏ ਨੇ ਸੋਨੀਆ ਦੇ, ਮੈਂ ਸੋਨੀਆ ਨੂੰ ਵੀ ਜਾਣਦਾ ਕੌਣ ਇਸ, ਕਿਹਨੇ ਸਾਈਨ ਕੀਤੇ ਨੇ। ਇਹਨਾਂ ਨੇ ਮੈਨੂੰ ਬੜਾ ਕੀਤੀ ਰੱਖਿਆ, ਕਹਿੰਦੇ ਵੀ ਤੇਰੀ ਪੋਲਸੀ ਹੋ ਗਈ ਹੋ ਗਈ। ਮੈਂ ਕਿਹਾ ਸਰ ਪੋਲਸੀ ਦਿਓ, ਮੈਂ 10,000 ਰੁਪਏ ਦਿੱਤਾ। ਇਹ ਕਹਿੰਦਾ ਵੀ ਕੋਈ ਨਹੀਂ ਤੇਰੀ ਪੋਲਸੀ ਅਸੀਂ ਦੇ ਦਿੰਦੇ ਹਾਂ, ਕਰ ਦਿੰਦੇ ਹਾਂ, ਅੱਜ ਕਰਨੇ ਹਾਂ, ਦਿਨ ਸਵੇਰੇ ਦਿੰਦੇ ਹਾਂ। ਮੈਂ ਚਲੋ ਠੀਕ ਹੈ, ਜਦੋਂ ਮੈਂ ਵਿੱਚੋਂ ਬਿਮਾਰ ਹੋ ਗਿਆ ਸੀ, ਮੈਂ ਉੱਪਰੋਂ ਪੋਲਸੀਆਂ ਨੂੰ ਫੋਨ ਲਾਇਆ, ਮੈਂ ਕਿਹਾ ਸਰ ਮੇਰੀ ਪੋਲਸੀ ਨਹੀਂ ਹੋਈ। ਉਹ ਕਹਿੰਦਾ ਤੇਰੀ ਸੁਖਵਿੰਦਰ ਪੋਲਸੀ ਨਹੀਂ ਹੋਈ। ਮੈਂ ਕਿਹਾ ਚਲੋ ਠੀਕ ਹੈ। ਮੈਂ ਫਿਰ ਮੇਲ ਰਾਹੀਂ ਇਹਨਾਂ ਨੂੰ ਬੈਂਕ ਰਾਹੀਂ ਮੈਂ ਭੇਜਿਆ, ਮੇਲ ਭੇਜੀ, ਮੈਂ ਕਿਹਾ ਸਰ ਮੇਰੀ ਪੋਲਸੀ ਨਹੀਂ। ਫਿਰ ਇਹ ਮੇਰੇ ਕੋਲ ਘਰੇ ਵੀ ਆਏ ਨੇ ਚੱਲ ਕੇ ਮਿਹਨਤ ਕਰਨ ਵੀ, ਤੂੰ ਸੁਖਵਿੰਦਰ ਛੱਡ ਪਰਾ, ਕੋਈ ਗੱਲ ਨਹੀਂ। ਅਸੀਂ ਫਿਰ ਇਹ ਨਿਆਂ ਨਹੀਂ ਇਹਨਾਂ ਨੇ ਦਿੱਤਾ ਮੈਨੂੰ, ਮਹੀਨਾ ਹੋ ਗਿਆ। ਇਹ
ਧਰਨਾ ਤਾਂ ਲਾਣਾ ਪਿਆ ਸਾਨੂੰ ਬੀਮਾ ਕਰਨ ਵਾਸਤੇ ਜੇ ਹੈਲਥ ਜਿਹਨੂੰ ਕਹਿੰਦੇ ਨਹੀਂ ਨਹੀਂ ਇਹ 10,000 ਦੀ ਮੇਰੀ ਠੱਗੀ ਹੋਈ ਹੈ ਵੀ ਪੋਲਸੀ ਦੇ ਨਾਲ ਇਹਨਾਂ ਠੱਗੀ ਮਾਰੀ ਮੇਰੇ ਨਾਲ ਇਹਨਾਂ ਨੇ ਮੈਨੂੰ ਨਾਂ ਨਹੀਂ ਦਿੱਤਾ ਨਿਰੰਜਨ ਵਧ ਮੇਰੇ ਨਾਲ ਠੱਗੀ ਮਾਰੀ ਮੇਰੇ ਨਾਲ ਅਸੀਂ ਇਹੀ ਹੋ ਕਰਨਾ ਵੀ ਪਰਚਾ ਦਰਜ ਕਰਾਉਣਾ ਜੀ ਅਸੀਂ ਨਿਰੰਜਨ ਵਧ ਵਾਸਤੇ ਬੈਂਕ ਦਾ ਮੈਨੇਜਰ ਹੈ ਜੀ ਉਹਨੇ ਅਸੀਂ ਅੱਜ ਜਿਹੜਾ ਬੈਂਕ ਦੇ ਸਾਹਮਣੇ ਰੋਸ ਕਰ ਰਹੇ ਹਾਂ ਤੇ ਨਾਲ ਦੀ ਨਾਲ ਜਿਹੜਾ ਸੁਖਵਿੰਦਰ ਸਿੰਘ ਹੈ ਜਿਹਦੇ ਨਾਲ ਠੱਗੀ ਵੱਜੀ ਹੈ ਉਹਨੂੰ ਪਰਮਾਨੈਂਟ ਵਾਸਤੇ ਉਹਦੇ HDB ਜਿਹੜਾ ਬੈਂਕ ਹੈ ਜਿਹੜਾ ਉਹਦਾ ਮੈਨੇਜਰ ਹੈ ਰੰਜਨ ਵਧਵਾ ਉਹਨੇ ਇਸ ਮੁੰਡੇ ਦੇ ਨਾਲ ਠੱਗੀ ਮਾਰੀ ਹੈ ਵੱਲੋਂ ਇਹਨੇ ਲੋਨ ਲਿਆ ਲੋਨ ਦੇ ਵੀ ਪੈਸੇ ਜਿਹੜੇ ਰਿਸ਼ਵਤ ਚਲੋ ਉਹ ਨਹੀਂ ਉਹਨੇ ਦੱਸੀ ਪਰ ਇੱਕ ਜਿਹੜਾ ਸਿੱਧੇ 10,000 ਰੁਪਈਏ ਵੀ ਤੇਰਾ ਜਿਹੜਾ ਹੈਲਥ ਬੀਮਾ ਕਰਨਾ ਹੈ 10,000 ਰੁਪਈਆ ਲਿਆ ਕੇ ਸਿੱਧਾ ਆਪਦੀ ਜੇਬ 'ਚ ਪਾ ਲਿਆ ਜਦੋਂ ਇਹਨੇ ਪੁੱਛਿਆ ਵੀ ਮੇਰਾ ਹੈਲਥ ਬੀਮਾ ਤੁਸੀਂ ਕੀਤਾ ਹੈ ਉਹਦੀ ਕੋਈ ਪੋਲਿਸੀ ਵਗੈਰਾ ਦਿਓ ਮੈਨੂੰ ਜੇ ਉਹਦੀ ਕੋਈ ਰਸੀਦ ਵਗੈਰਾ ਸੋ ਜੇ ਉਹਨੂੰ ਕੋਈ ਰਸੀਦ ਦਿੱਤੀ ਤਾਂ ਉਹ ਵੀ ਇੱਕ ਪੋਲਿਸੀ ਦਿੱਤੀ ਉਹ ਕਿਸੇ ਹੋਰ ਦੇ ਨਾਂ ਦੀ ਸੀ ਮਤਲਬ ਇਹਦੀ ਸੁਖਵਿੰਦਰ ਦੇ ਨਾਂ ਦੀ ਨਹੀਂ ਸੀ ਇਹਨੇ ਫਿਰ ਪਹਿਲਾਂ ਮੈਨੇਜਰ ਨਾਲ ਗੱਲ ਕੀਤੀ ਫਿਰ ਜਿਹੜੇ ਇਸ ਬ੍ਰਾਂਚ ਦੇ ਉੱਪਰ ਮਾਲਕ ਨੇ ਉਹਨਾਂ ਤੱਕ ਪਹੁੰਚ ਕੀਤੀ ਪਰ ਇਹਨੂੰ ਕੋਈ ਇਨਸਾਫ ਨਹੀਂ ਮਿਲਿਆ ਇਹ ਫਿਰ ਸਾਡੇ ਕੋਲ ਆ ਗਿਆ ਇੱਦਾਂ ਕਿਤੇ ਐਂਟੀ ਕਰਪਸ਼ਨ ਅਤੇ ਪਾਰਟੀ ਕੋਲ CPI ਕੋਲ ਜਦੋਂ ਇਹਨੇ ਸਾਨੂੰ ਸਾਰੀ ਆਦੀ ਗੱਲ ਦੱਸੀ ਅਤੇ ਹੋਰ ਵੀ ਕਈ ਬੰਦੇ ਜਿਹਨਾਂ ਨਾਲ ਠੱਗੀ ਵੱਜੀ ਉਹ ਤਾਲਮੇਲ 'ਚ ਸਾਡੇ ਹੈਗੇ ਉਹ ਆਣਗੇ ਸੋ ਜਦੋਂ ਅਸੀਂ ਵੀ ਆਪ ਵੀ ਤਾਲਮੇਲ ਕੀਤਾ ਬਕਾਇਦਾ ਗਏ ਨੇ ਜਿਹੜਾ ਰੰਜਨ ਵਧਵਾ ਜਲਾਲਾਬਾਦ ਦੇ ਵਿੱਚ ਮਿੰਤ ਕਰਨ ਗਿਆ ਕਹਿੰਦਾ ਸੀ ਵੀ ਮੈਂ ਤੁਹਾਨੂੰ ਇੰਨੇ ਪੈਸੇ ਦੇ ਦੇਣਾ ਅਤੇ ਮੇਰੀ ਤੁਸੀਂ ਗੱਲ ਛੱਡ ਦਿਓ ਮੈਂ ਗਲਤੀ ਕਰ ਬੈਠਾ ਗਲਤੀ ਮੰਨਦਾ ਸੀ ਕਹਿੰਦਾ ਮੈਂ ਨਹੀਂ ਕੀਤਾ ਹੋਰ ਥੱਲੇ ਵਾਲੇ ਦਾ ਨਾਂ ਲਈ ਜਾ ਰਿਹਾ ਸੀ ਕੋਈ ਸਪਸ਼ਟੀ ਜਵਾਬ ਨਹੀਂ ਮਿਲਿਆ ਫਿਰ ਪੁਲਿਸ ਵਾਲੇ ਪਾਸੇ ਪੁਲਿਸ ਨਾਲ ਵੀ ਇਹਦਾ ਜਿਹੜਾ ਸਾਰਾ ਕੁਝ ਪਤਾ ਨਹੀਂ ਕੀ ਹਿਸਾਬ ਲਾ ਗਿਆ ਮੰਨ ਲਓ ਇਹ ਇੱਕ ਰੰਜਨ ਵਧਵਾ ਜਿਹੜਾ ਹੈ ਬੈਂਕ ਦਾ ਮੈਨੇਜਰ ਇੰਚਾਰਜ ਦੀ ਕੋਠੀ ਦੇਖ ਲਓ ਜਾ ਕੇ ਮੇਰਾ ਕੋਈ ਕਰੋੜਾਂ ਰੁਪਈਏ ਲੱਗੇ ਨੇ ਕੋਠੀ 'ਤੇ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਬੰਦਾ ਲੱਗਿਆ ਹੋਇਆ ਮੈਨੇਜਰ ਉਹਦੇ ਤੁਸੀਂ ਦੇਖ ਲਓ ਇਨਕਮ ਕਿੰਨੀ ਕੁ ਹੁੰਦੀ ਹੈ ਸੋ ਉਹਦੇ ਕਰੋੜਾਂ ਰੁਪਈਏ ਜਿਹੜੇ ਉਹਨੇ ਲੋਕਾਂ ਕੋਲ ਇਸੇ ਤਰ੍ਹਾਂ ਹੀ ਠੱਗੀ ਮਾਰੀ ਹੈ ਸੋ ਅਸੀਂ ਮੰਗ ਕਰਦੇ ਹਾਂ ਜਿਹੜਾ ਰੰਜਨ ਵਧਵਾ ਹੈ ਜਿਹਦੇ ਖਿਲਾਫ਼ ਅਸੀਂ ਬ੍ਰਾਂਚ ਅਸੀਂ ਹੋਰ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਨਾਲ ਬਾਅਦ 'ਚ ਪਤਾ ਲੱਗਿਆ ਵੀ ਜਿਹੜਾ ਥੱਲੇ ਜਿਹੜਾ ਗ੍ਰਾਮੀਣ ਬੈਂਕ ਹੈ ਉਹਦੇ ਨਾਲ ਕੋਈ ਸਾਡਾ ਲਿੰਕ ਨਹੀਂ ਮੰਨ ਲਓ ਅਸੀਂ ਉਹਦੇ ਥਾਂ ਕਿਉਂਕਿ ਦੁਬਾਰੇ 'ਚ ਰਹਿੰਦਾ ਅਸੀਂ ਉਹਨਾਂ ਦੀ ਪੌੜੀਆਂ ਦੇ ਅੱਗੇ ਬੈਠ ਕੇ ਸ਼ਾਂਤ ਬਈ ਢੰਗ ਦੇ ਨਾਲ ਜਿੰਨੇ ਸਾਡੇ ਆਸੇ ਪਾਸੇ ਦੁਕਾਨਾਂ ਨੇ ਅਸੀਂ ਬਿਲਕੁਲ ਜਾਂ ਬਾਜ਼ਾਰ ਲੰਘ ਰਿਹਾ ਕੋਈ ਕਿਸੇ ਤਰ੍ਹਾਂ ਦਾ ਸਾਡੇ ਉਹਨਾਂ ਨਾਲ ਕੋਈ ਨਾ ਤਾਂ ਰਿਜੀ ਹੈ ਉਸ ਨਾ ਅਸੀਂ ਉਹਨਾਂ ਦੇ ਕੋਈ ਡਿੱਕਾ ਪਾਉਣਾ ਚਾਹੁੰਦੇ ਹਾਂ ਨਾ ਹੀ ਅਸੀਂ ਤਾਂ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਰੰਜਨ ਵਧਵਾ ਹੈ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨੀ ਚਾਹੁੰਦੇ ਹਾਂ ਜਦੋਂ ਤੱਕ ਉਹਦੇ ਖਿਲਾਫ਼ ਕਾਰਵਾਈ ਨਾ ਹੋਵੇ ਮੁੰਡਾ ਜਿਹੜਾ ਇਹਨੇ ਕਿਹਾ ਵੀ ਮੈਂ ਬਿਲਕੁਲ ਚਾਹੇ ਮੈਨੂੰ ਇੱਥੇ ਜੋ ਵੀ ਮਰਜ਼ੀ ਕਰਨਾ ਪਵੇ ਮੈਂ ਇਨਸਾਫ ਲੈ ਕੇ ਛੱਡਾਂਗਾ ਇਹਨਾਂ ਦਾ ਤਾਂ ਕਹਿਣਾ ਵੀ ਸਾਡਾ ਨਾਂ ਦਾ ਲੜਕਾ ਜਿਹਨੇ ਲੋਨ ਕਰਾਇਆ ਬੈਂਕ ਤੋਂ ਠੀਕ ਹੈ ਉਹਦਾ ਬੈਂਕ ਲੋਨ ਕਰਾਉਣ ਤੋਂ ਤੱਕ ਹੈਲਥ ਬਾਅਦ ਬੀਮਾ ਕੀਤਾ ਉਹਦਾ ਬੀਮੇ ਦੇ ਪੈਸੇ ਲਏ ਪਰ ਉਹਦਾ ਬੀਮਾ ਨਹੀਂ ਹੋਇਆ ਆਪਣੇ ਕੋਲ ਸ਼ਿਕਾਇਤ ਹੋਈ ਹੈ ਪਤਾ ਸ਼ਿਕਾਇਤ ਕੀਤੀ ਕਿ ਨਹੀਂ ਕੀਤੀ ਜਿਹੜਾ ਕੁਛ ਸ਼ਿਕਾਇਤ ਕੀਤੀ ਕਿ ਉਹਦੀ ਪੜਤਾਲ ਕਰਾ ਲੈਣ ਜੋ ਪਤਾ ਚੋਰ ਪਾਇਆ ਉਹਦੇ ਜੋ ਕੀਤੀ ਹੈ ਟੱਕੀ ਮਾਰੀ ਹੈ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋ ਜਾਏਗੀ ਸਾਨੂੰ ਤਾਂ ਇੱਥੋਂ ਆਇਆ ਵੀ ਆ ਫਾਜ਼ਿਲਕਾ ਬੈਂਕ ਕੇ HDB ਬੈਂਕ ਅੱਗੇ ਲਾਉਣਾ ਧੱਕਾ ਲਾਉਣਾ ਉਹਦੇ ਸਵਾਹ ਦੇ ਡਿਊਟੀ ਆਈ ਕੋਈ ਹਾਰਸਾ ਵੀ ਕੱਟਵਾਉਣਾ ਵਾਪਰੀ ਧਰਨੇ ਵਾਲਿਆਂ ਦਾ ਇਹੋ ਹੀ ਗੱਲ ਹੈ ਕਹਿੰਦੇ ਜੀ HDFC ਬੈਂਕ ਵਾਲੇ ਕਹਿੰਦੇ ਲੋਕਾਂ ਨੂੰ ਲੁੱਟਣਾ ਨੇ ਉਹਦੇ ਸਵਾਹ ਦੇ ਧੱਕਾ ਦੇਣਾ ਪਰ ਸਾਡੇ ਬਾਰੇ ਤਾਂ ਬਸ ਸਾਡੇ ਕੋਲ ਕੋਈ ਹੈ ਨਹੀਂ ਕੋਈ ਕੰਪਲੇਂਟ ਹੈ ਨਹੀਂ ਆਪਣੇ ਕੋਲ ਅਤੇ ਸਾਡੇ ਵਾਲੇ ਤਾਂ ਕੋਈ ਕੰਪਲੇਂਟ ਦੇਣਗੇ ਤਾਂ ਫਿਰ ਵੇਖ ਲਾਂਗੇ ਪੜਤਾਲ ਕਰਾਂਗੇ ਸਾਡਾ ਤਾਂ ਫਿਲਹਾਲ ਧਰਨਾ ਸ਼ਾਂਤਮ ਹੀ ਹੈਗਾ ਉਹਨਾਂ ਦਾ ਉਹਦੇ ਸਮਾਂ ਦੇ ਬੇਟੇ ਕਾਰਨ ਸਸਲਾ ਹੋਇਆ ਜਿਹੜਾ ਬੈਂਕ ਮੈਨੇਜਰ ਜਿਹਦੇ ਖਿਲਾਫ਼ ਇਹਨਾਂ ਧਰਨਾ ਦਿੱਤਾ ਉਹਨਾਂ ਤੋਂ ਪੁੱਛਿਆ ਜੀ ਉਹ ਕਹਿੰਦੇ ਵੀ ਸਾਡੇ ਕੋਲ ਰਮਨ ਨਾਂ ਦਾ ਲੜਕਾ ਹੈਗਾ ਸੀ ਇਹਨਾਂ ਦਾ ਉਹ ਸਾਡੇ ਕੋਲ ਨੌਕਰੀ ਕਰਦਾ ਸੀਗਾ ਉਹਨੂੰ ਕੋਈ ਟਾਰਗੇਟ ਦਿੱਤਾ ਸੀ ਅਸੀਂ ਕਿ ਕੇਸ ਪੂਰੇ ਕਰਨੇ ਹੁੰਦੇ ਨੇ ਪਰ ਉਹਨਾਂ ਨੇ ਕੇਸ ਪੂਰੇ ਨਹੀਂ ਕੀਤੇ ਕੰਪਨੀ ਨੇ ਨੋਟ ਦੇ ਕੇ ਕੱਢਤਾ ਉਹ ਤਾਂ ਕਹਿੰਦੇ ਵੀ ਸਾਡਾ ਇਸ ਤਰ੍ਹਾਂ ਦੇ ਧਰਨਾ ਪਰ ਜਦੋਂ ਉਹਨੇ ਨਾ ਧਰਨਾ ਦਿੱਤਾ ਇਹ ਇਹਨਾਂ ਦਾ ਉਦੇਸ਼ ਕੁਝ ਹੋਰ ਹੈ ਇਹ ਕਹਿੰਦੇ ਵੀ ਸਾਡਾ ਲੜਕਾ ਕਿਸ਼ਕੁੰਦਰ ਹੈਗਾ ਅਤੇ ਇਹਨੇ ਉਹਦੇ ਕੋਲ ਲੋਨ ਕਰਾਇਆ ਬੈਂਕ ਤੋਂ ਮੈਨੇਜਰ ਤੋਂ ਅਤੇ ਉਹਦਾ ਵਿੱਚ ਉਹਨੇ ਹੈਲਥ ਬੀਮਾ ਕੀਤਾ ਹੈਲਥ ਬੀਮੇ ਦਾ ਉਹਨਾਂ ਨੇ ਰਸੀਦ ਨਹੀਂ ਦਿੱਤੀ ਉਹਨੂੰ ਪੈਸੇ ਲੈ ਲੈਣ ਉਹਦੇ ਸੰਬੰਧ 'ਚ ਉਹਨੂੰ ਰਸੀਦ ਨਹੀਂ ਮਿਲੀ ਉਸ ਤੋਂ ਸਾਡੇ ਨਾਲ ਠੱਗੀ ਹੋਈ ਜੇ ਠੱਗੀ ਹੋਈ ਤਾਂ ਸੰਬੰਧ ਇਹਨਾਂ ਨੂੰ ਕੰਪਲੇਂਟ ਕਰਨੀ ਚਾਹੀਦੀ ਹੈ ਇਸੀ ਹੁਣ ਤੱਕ ਦੀ ਅਪਡੇਟ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ A1 ਪੰਜਾਬੀ TV ਦੇ ਨਾਲ